ਅੱਜ ਦੇ ਦਿਨ ਦਾ ਇਤਿਹਾਸ। ਅੱਜ ਦੇ ਹੀ ਦਿਨ ਸਾਲ 1885 ਵਿੱਚ ਨੀਦਰਲੈਂਡ ਵਿੱਚ ਲੋਕਾਂ ਨੇ ਮਤਦਾਨ ਦੇ ਅਧਿਕਾਰ ਲਈ ਪ੍ਰਦਰਸ਼ਨ ਕੀਤੇ ਸਨ। ਅੱਜ ਹੀ ਸਾਲ 1938 ਵਿੱਚ ਨਿਊ ਇੰਗਲੈਂਡ ਵਿੱਚ 183 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲਾ ਤੂਫਾਨ ਆਇਆ ਸੀ, ਜਿਸ ਨਾਲ 700 ਲੋਕਾਂ ਦੀ ਮੌਤ ਹੋ ਗਈ ਸੀ। ਸਾਲ 1942 ਵਿੱਚ ਅੱਜ ਹੀ ਨਾਜ਼ੀਆਂ ਨੇ 2500 ਤੋਂ ਜ਼ਿਆਦਾ ਯਹੂਦੀਆਂ ਦੀ ਹੱਤਿਆ ਕਰ ਦਿੱਤੀ ਸੀ। ਅੱਜ ਦੇ ਹੀ ਦਿਨ ਸਾਲ 1964 ਵਿੱਚ ਮਾਲਟਾ ਦੇਸ਼ ਨੇ ਬ੍ਰਿਟੇਨ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ। ਇਤਿਹਾਸ ਦੇ ਜ਼ਰੀਏ ਅਸੀਂ ਜਾਣਦੇ ਹਾਂ ਕਿ ਇਨਸਾਨ ਅਤੀਤ ਵਿੱਚ ਕੀਤੀਆਂ ਆਪਣੀਆਂ ਗਲਤੀਆਂ ਨੂੰ ਵਰਤਮਾਨ ਵਿੱਚ ਸੁਧਾਰ ਕੇ ਆਪਣਾ ਕੱਲ੍ਹ ਬਿਹਤਰ ਅਤੇ ਸੁਨਹਿਰਾ ਕਰਦਾ ਆਇਆ। ਅੱਜ ਦੇ ਦਿਨ ਦਾ ਇਤਿਹਾਸ ਪੰਜਾਬ ਮੇਲ USA TV 'ਤੇ।